पेशेंट हैगा सरगुण बलविंदर कौर वाइफ ऑफ मनजीत सिंह जिहड़ा कि सरगुण पहली तरीक नूं इत्थे दाखल होया सी जिहदा कि वड्डे ऑपरेशन नाल सजेरे नाल एक मेल बेबी होया सी और अज सवेरे कोई 6:40 या 7:45 बजे मैनूं स्टाफ का फोन आया कि भी उहदे कमरे च बहुत सारियां आवाज़ा आ रही हैं और लड़ाई दियाँ आपस करन दियाँ और दरवाज़ा अंदर बंद किया होया जदों तक असी देखिया और उस बाद पता लगा कि मार दिता है सर कितों का पेशेंट केसरपुर का जी कोई डिस्प्यूट वगैरह लगता है किस तरह का तुम मामला लगता है कोई फैमिली डिस्प्यूट लगता है तो सर जो दोषी है वह गिरफ्तार कर लिया वो हाँ जी वो गिरफ्तार हो गया वो अंदर ही सगा जब पुलिस आई है उन्होंने उन्होंने अरेस्ट कर लिया ताड़ी की जांच के मुताबिक लग रहा है जी ये जांच का काम तो पुलिस का है मेरे को तो पेशेंट सिर्फ ट्रीटमेंट वास्ते आ किन्ने दिन तो दाखिल सी आप पहली तरीक अच्छा थैंक यू सर रह गया सर ये जो पेशेंट सगा की नाम सगा ये पेशेंट जी बलविंदर कौर वाइफ ऑफ मनजीत सिंह 24 साल की फीमेल है जी और ये केसरपुर के रहने वाले हैं ਇਹਦੇ ਬੇਟਾ ਹੋਇਆ ਪਰ ਉਸ ਤੋਂ ਬਾਅਦ ਅੱਜ ਸਵੇਰੇ ਕੋਈ ਇਹਨਾਂ ਦੀ ਆਪਸ 'ਚ ਕੋਈ ਡਿਸਪਿਊਟ ਹੋਇਆ ਡਿਸਪਿਊਟ ਤੋਂ ਬਾਅਦ ਗੱਲ ਵੱਧ ਗਈ ਇਹਦੇ ਹਸਬੈਂਡ ਮਨਜੀਤ ਸਿੰਘ ਨੇ ਉਹਦਾ ਸਾਹ ਘੁੱਟ ਕੇ ਸਰਾਣੇ ਦੇ ਨਾਲ ਉਹਦੀ ਡੈਥ ਕਰ ਦਿੱਤੀ ਪੇਕੇ ਉਹਦੇ ਹੈਗੇ ਆ ਜੀ ਉੱਥੇ ਹਜ਼ੂਰ ਸਾਹਿਬ ਉਹਨਾਂ ਨੂੰ ਆਪਾਂ ਜਾਣੂ ਕਰਾ ਦਿੱਤਾ ਆ ਉਹ ਉੱਥੋਂ ਚੱਲ ਪਏ ਹੋਏ ਆ ਕੱਲ੍ਹ ਤੱਕ ਪਹੁੰਚਣਗੇ ਜੀ ਸਰ ਮੁੱਢਲੀ ਜਾਣ 'ਚ ਕੀ ਸਾਹਮਣੇ ਆਇਆ ਜੀ ਇਹ ਕਿਸ ਤਰ੍ਹਾਂ ਏਡਾ ਵੱਡਾ ਮਾਮਲਾ ਬਣ ਜਾ ਜੀ ਇਹ ਦੱਸ ਰਿਹਾ ਜੀ ਵੀ ਆਪਸ 'ਚ ਇਹਨਾਂ ਦੀ ਪਹਿਲਾਂ ਵੀ ਤਕਰਾਰਬਾਜ਼ੀ ਰਹਿੰਦੀ ਸੀ ਝਗੜਾ ਝੁਗੜਾ ਰਹਿੰਦਾ ਸੀ ਕੁੜੀ ਥੋੜ੍ਹੀ ਬਹੁਤੀ ਇਹਦੇ ਨਾਲ ਕੋਈ ਨਾ ਕੋਈ ਗੱਲਬਾਤ ਤੋਂ ਲੜਾਈ ਕਰਦੀ ਰਹਿੰਦੀ ਸੀ ਅੱਜ ਕੋਈ ਜ਼ਿਆਦਾ ਹੋ ਗਈ ਅਤੇ ਇਹਦੇ ਕੋਲ ਸਿਆ ਨਹੀਂ ਗਿਆ ਉਸ ਗੱਲ ਨੂੰ ਅਤੇ ਇਹਨੇ ਫਿਰ ਉਹਦਾ ਮਰਡਰ ਕਰ ਦਿੱਤਾ ਹਾਂ ਫਿਲਹਾਲ ਪੁੱਛਗਿੱਛ ਕਰ ਰਹੇ ਹਾਂ ਜੀ ਉਹ ਤੋਂ ਮਾਮਲਾ ਦਰਜ ਕੀਤਾ ਮਾਮਲਾ ਦਰਜ ਕਰਦੇ ਹਾਂ ਜੀ ਉਹਦੇ ਘਰ ਦੇ ਵਾਰਸ ਆਉਂਦੇ ਆ ਫਿਰ ਨਾਲ ਮਾਮਲਾ ਦਰਜ ਕਰ ਦਿੰਦੇ ਸਰ ਕੋਈ ਸੁਰੱਖਿਆ ਵੀ ਘਾਟ ਹੈਗੀ ਉੱਥੇ ਹਸਪੀਟਲ ਕੋਈ ਕਰਮੀ ਤਨਾਤ ਨਹੀਂ ਹੁੰਦੇ ਵੀ ਇਸ ਘਟਨਾ ਨਾ ਹੁੰਦੀ ਨਹੀਂ ਸੁਰੱਖਿਆ ਤਾਂ ਹੁਣ ਕਮਰੇ 'ਚ ਕਿਹੜੀ ਸੁਰੱਖਿਆ ਹੋਣੀ ਹੈ ਜੀ ਉਹਨਾਂ ਨੇ ਸੈਪਰੇਟ ਕਮਰੇ 'ਚ ਦੋਵੇਂ ਹੈਗੇ ਸੀ ਉੱਥੇ ਹੁਣ ਉਹਨਾਂ ਦੇ ਆਪਸ 'ਚ ਕੋਈ ਤਕਰਾਰ ਹੋਈ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ ਕਰੀਬ 4 ਸਾਲ ਹੋ ਗਏ ਜੀ ਮਨਜੀਤ ਸਿੰਘ ਕੀ ਕੰਮ ਕਰਦਾ ਸੀ ਇਹ ਤਾਂ ਆਪਣੇ ਜੱਟ ਜ਼ਿਮੀਂਦਾਰੀ ਆ ਜੀ ਪੈਲੀ ਆ ਕਿੱਲਾ ਕਦੀ ਬਾਕੀ ਇਹਨੇ ਆਪਣੇ ਪਸ਼ੂ ਰੱਖੇ ਹੋਏ ਆ ਜੀ ਦੁੱਧ ਦਾ ਤੱਕ ਵਪਾਰ ਕਰਦਾ ਵਾਰਸ ਇਹਦੇ ਹਜ਼ੂਰ ਸਾਹਿਬ ਰਹਿੰਦੇ ਆ ਨੰਦੇੜ ਸਾਹਿਬ ਅਤੇ ਏਜ ਇਹਦੀ 24 ਸਾਲ